ਕੋਟਕਪੁਰਾ ਦੇ ਵਿੱਚ ਪਬਜੀ ਖੇਡਦੇ 17 ਸਾਲਾਂ ਨੌਜਵਾਨ ਦੀ ਹਾਰਟ ਅਟੈਕ ਹੋਣ ਕਰਕੇ ਮੌਤ ਹੋਈ ਹੈ। ਮ੍ਰਿਤਕ ਨੌਜਵਾਨ 3 ਭੈਣਾਂ ਦਾ ਇਕਲੌਤਾ ਭਰਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭ ਕੁਝ ਹੋਇਆ ਕਿਵੇਂ। ਨੌਜਵਾਨਾਂ 'ਚ ਪਬਜੀ ਗੇਮ ਦਾ ਕਰੇਜ਼ ਵਧਣ ਦੇ ਨਾਲ ਨਾਲ ਹਾਲਾਤ ਇਹ ਹੋ ਚੁੱਕੇ ਹਨ ਕਿ ਮੋਬਾਈਲ ਗੇਮ ਨੇ ਗਰਾਊਂਡ ਤੇ ਸਟੇਡੀਅਮ ਤੋਂ ਬੱਚਿਆਂ ਨੂੰ ਗਾਇਬ ਹੀ ਕਰ ਦਿੱਤਾ ਹੈ। ਬੱਚੇ ਮੋਬਾਈਲ ਗੇਮਸ 'ਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ ਤੇ ਮੌਤ ਦਾ ਸ਼ਿਕਾਰ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਫਰੀਦਕੋਟ ਦੇ ਸ਼ਹਿਰ ਕੋਟਕਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ 17 ਸਾਲ ਦੇ ਨੌਜਵਾਨ ਦੀ ਪਬਜੀ ਗੇਮ ਖੇਡਦੇ ਹੋਏ ਮੌਤ ਹੋ ਗਈ। ਉਹ ਸ਼ਾਇਦ ਉਹ ਅੱਜ 3-4 ਘੰਟੇ ਤੋਂ ਲਗਾਤਾਰ ਉਹੀ ਗੇਮ ਖੇਡ ਰਿਹਾ ਸੀ। ਉੱਪਰ ਸਾਨੂੰ ਕਹਿ ਕੇ ਵੀ ਮੈਂ ਨਹਾਉਣ ਚੱਲਿਆ, ਜਦੋਂ ਉਹਨੂੰ ਅਸੀਂ ਜਾ ਕੇ ਉੱਪਰ ਵੇਖਦੇ ਹਾਂ, ਸ਼ਾਇਦ ਉਹ ਪਬਜੀ ਖੇਡਦੇ ਖੇਡਦੇ ਕੋਈ ਇਹ ਸਰਕਮਸਟਾਂਸਸ ਬਣੇ, ਜਦੋਂ ਇੱਕ ਦੂਜੇ ਨੂੰ ਕਾਲ ਕਰਦੇ ਨੇ ਕਿ ਉਹ ਆ ਗਿਆ, ਤੂੰ ਇਹਨੂੰ ਮਾਰ, ਮੈਂ ਉੱਧਰ ਚੱਲਦਾ, ਮੈਂ ਇਹ ਉਹ, ਜੋ ਵੀ ਗੱਲਾਂ ਬਾਤਾਂ ਬਣਦੀਆਂ ਨੇ ਉਹਦੇ, ਸ਼ਾਇਦ ਕੋਈ ਉਹਦਾ ਜੋ ਮਨਪਸੰਦ ਐਕਟਰ ਜਾਂ ਕੋਈ ਹੀਰੋ ਹੋਏਗਾ, ਉਹ ਡੈਥ ਹੋਈ ਉਹਦੀ, ਉਹਨੂੰ ਸ਼ਾਰਟ ਲੱਗਿਆ, ਉਹ ਝਟਕਾ ਉਹਦੇ ਦਿਮਾਗ ਨੂੰ ਇਸ ਤਰ੍ਹਾਂ ਲੱਗਿਆ ਵੀ ਉਹਨੂੰ ਉਹਦਾ ਹਾਰਟ ਫੇਲ ਹੋਇਆ। ਡਾਕਟਰ ਦੇ ਅਕੋਰਡਿੰਗਲੀ ਉਹ ਬ੍ਰੇਨ ਹੈਮਰੇਜ ਕਹਿ ਸਕਦੇ ਹਾਂ, ਹੈ ਨਾ। ਪਰ ਸਾਨੂੰ ਤਾਂ ਸਿਰਫ ਇੰਨੀ ਹੀ ਗੱਲ ਪਤਾ ਵੀ ਉਸ ਪਰਿਵਾਰ ਦਾ ਜਿਹੜਾ ਰੋਸ਼ਨ ਚਿਰਾਗ ਉਹ ਖਤਮ ਹੋ ਗਿਆ। ਉਹ ਖਤਮ ਕਿਉਂ ਹੋਇਆ? ਉਹ ਖਤਮ ਇਸ ਲਈ ਹੋ ਗਿਆ ਕਿਉਂਕਿ ਮਾਂ ਬਾਪ ਆਪਣੇ ਕੰਮਾਂ 'ਚ ਇੰਨੇ ਮਸ਼ਗੂਲ ਨੇ ਕਿ ਅਸੀਂ ਬੱਚਿਆਂ ਨੂੰ ਫੋਨ ਦੇ ਦਿੰਦੇ ਹਾਂ ਅਤੇ ਉਹ ਜਾਂਚ ਹੀ ਨਹੀਂ ਕਰ ਪਾਉਂਦੇ ਕਿ ਉਸ ਫੋਨ 'ਤੇ ਚੱਲ ਰਹੀਆਂ ਖੇਡਾਂ ਸਾਡੇ ਦਿਮਾਗ ਤੋਂ ਕਿੰਨੀਆਂ ਕੁ ਉੱਪਰਦੀਆਂ ਨੇ, ਕਿੰਨੀਆਂ ਖਤਰਨਾਕ ਨੇ। ਅਤੇ ਰਿਜ਼ਲਟ ਅੱਜ ਜੋ ਰਿਜ਼ਲਟ, ਜੇ ਬੱਚੇ ਦਾ ਥੋੜ੍ਹਾ ਬਹੁਤ ਨੁਕਸਾਨ ਹੋਵੇ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ, ਪਰ ਕਿਸੇ ਦਾ ਪੂਰਾ ਜਹਾਨ ਉਜੜ ਜਾਣਾ ਸਿਰਫ ਗੇਮਾਂ ਦੀ ਵਜ੍ਹਾ ਕਰਕੇ, ਉਹ ਵੀ ਉਹ ਵੀਡੀਓ ਗੇਮਸ ਜੋ ਜਿਨ੍ਹਾਂ ਨੂੰ ਕਹਿ ਲਓ ਕਿ ਅਸੀਂ ਕਦੀ ਨਿਗਾਹ 'ਚ ਨਹੀਂ ਲਿਆ। ਪਰਿਵਾਰ ਨੇ ਸਰਕਾਰ ਤੋਂ ਇਹੋ ਜਿਹੀ ਗੇਮਾਂ ਨੂੰ ਰੋਕਣ ਦੀ ਮੰਗ ਕੀਤੀ ਹੈ, ਨਾਲ ਹੀ ਨੌਜਵਾਨਾਂ ਤੋਂ ਇਹੋ ਜਿਹੀ ਗੇਮਾਂ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਗੇਮਸ ਪੰਜਾਬ 'ਚ ਫੈਲੇ ਨਸ਼ੇ ਵਾਂਗ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਨਸ਼ੇੜੀ ਬਣਾ ਰਹੀ ਹੈ। ਹੁਣ ਦੇਖਣਾ ਹੋਵੇਗਾ ਸਰਕਾਰ ਇਸ ਮਸਲੇ ਦਾ ਕੀ ਹੱਲ ਕਰਦੀ ਹੈ। ਕੋਟਕਪੁਰਾ ਤੋਂ ਤਰਸੇਮ ਚੋਪੜਾ ਦੀ ਰਿਪੋਰਟ। ਕੀ ਤੁਸੀਂ 12ਵੀਂ 2015, 2016 ਜਾਂ 2017 ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ